ਆ ਕਾਉਂਸਲਿੰਗ ਹੁੰਦੀ ਏ ਸਾਡੀ ਕਈਆਂ ਮਾਮਲਿਆਂ ਦੇ ਵਿੱਚ ਮੈਨੂੰ ਵੀਰ ਬਿਠਾ ਲੈਂਦੇ ਆ ਕਹਿੰਦੇ ਜੀ ਆਪਾਂ ਕਾਉਂਸਲਿੰਗ ਕਰਨੀ ਏ ਤੇ ਵਿੱਚ ਬੈਠੀ ਤਾਂ ਮੈਂ ਬੜਾ ਹੈਰਾਨ ਆ ਛੋਟੇ ਛੋਟੇ ਬੱਚੇ ਮੈਂ ਕੀ ਹੋ ਗਿਆ ਕਹਿੰਦੇ ਜੀ ਡਿਪਰੈਸ਼ਨ ਦਾ ਸ਼ਿਕਾਰ ਬਣ ਗਿਆ ਮੈਂ ਮੱਥੇ ਤੇ ਹੱਥ ਮਾਰਦਾ ਨिके ਨिके ਨਿਆਣੀ ਡਿਪਰੈਸ਼ਨ ਦੇ ਵਿੱਚ ਚਲੇ ਗਏ ਕਾਰਨ ਕੀ ਬਣਿਆ ਤੁਸੀਂ ਆਪਣੇ ਬੱਚਿਆਂ ਨੂੰ ਸਟਰੋਂਗ ਕੀਤਾ ਹੀ ਨਹੀਂ ਨਾ ਗੁਰਬਾਣੀ ਦੀ ਤਕ ਹੈ ਸਤਗੁਰ ਪਾਤਸ਼ਾਹ ਕੀ ਕਹਿੰਦੇ ਪਾਤਸ਼ਾਹ ਜੀ ਕਹਿੰਦੇ ਜਿਉ ਮੰਦਰ ਕੋ ਥਾਮੈ ਥੰਮਨ ਬੋਲੋ ਬੋਲੋ ਜਿਉ ਮੰਦਰ ਕੋ ਥਾਮੈ ਥੰਮਨ ਸਹਿਬ ਜੀ ਕਹਿੰਦੇ ਤਿਉ ਜਿਵੇਂ ਹੁਣ ਆ ਤੁਸੀਂ ਦੇਖੋ ਹਾਲ ਹੈ ਹਨਾ ਤੇ ਇਹਦੇ ਵਿੱਚ ਤੁਸੀਂ ਬੀਮ ਪਾਏ ਹੋਏ ਨੇ ਜਿਹੜੇ ਛੱਤ ਨੂੰ ਪੂਰਾ ਜਕੜ ਕੇ ਰੱਖਿਆ ਹੋਇਆ ਇਹਦੇ ਵਿੱਚਕਾਰ ਬੀਮ ਪਾਏ ਹੋਣਗੇ ਤਾਂ ਕਿ ਤੁਹਾਨੂੰ ਵਿੱਚ ਪਿੱਲਰ ਲਾਉਣੇ ਨਾ ਪੈਣ ਚੇਤੇ ਰੱਖਿਆ ਜੇ ਸਹਿਬ ਜੀ ਕਹਿੰਦੇ ਜਿਹੜਾ ਗੁਰੂ ਦਾ ਸ਼ਬਦ ਹੈ ਨਾ ਇਹ ਤੇਰੇ ਡੋਲਦੇ ਮਨ ਨੂੰ ਇੱਕ ਸਹਾਰਾ ਦਿੰਦਾ ਹੈ ਤੇ ਅੱਜ ਮੈਂ ਬੜਾ ਹੈਰਾਨ ਆ 5 5 7 7 10 10 ਸਾਲ ਦੇ ਬੱਚੇ ਅਖੇ ਜੀ ਡਿਪਰੈਸ਼ਨ ਵਿੱਚ ਚਲੇ ਗਏ ਮੈਂ ਕੋ ਵੀ ਤੇ 7 ਤੇ 9 ਸਾਲ ਦੇ ਸੀ ਸਾਰੀ ਕਚਹਿਰੀ ਕਹਿੰਦੀ ਸੀ ਇਹ ਡਿਪਰੈਸ਼ਨ ਵਿੱਚ ਚਲੇ ਜਾਣਗੇ ਉਹ ਕਹਿੰਦੇ ਨਾ 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 ਇੱਥੇ ਤੇ ਅਵਸਥਾ ਐ ਸੀ ਬਣ ਜਾਣੀ ਤੁਸੀਂ ਸੋਚਣ ਤੇ ਮਜਬੂਰ ਹੋ ਜਾਣਾ ਆ ਕੋ ਸਤਨਾਮ ਸ੍ਰੀ ਤੇ ਜੇ ਮੈਂ ਅੱਜ ਦੁਨੀਆ ਨੂੰ ਕਹਾਂ ਕਿ ਬਾਬਾ ਜੋਰਾਬਾਰ ਸਿੰਘ ਬਾਬਾ ਫਤਿਹ ਸਿੰਘ ਸਰਹੰਦ ਦੇ ਜੀਤੂ ਨੇ ਤੇ ਕਈ ਮੈਨੂੰ ਪੁੱਛਣਗੇ ਇਹ ਕਿਹੜਾ ਜੰਗ ਹੋਇਆ ਸੀ ਕੰਦੀ ਜੰਗ ਤਲਵਾਰਾਂ ਨਾਲ ਥੋੜਾ ਹੁੰਦੀ ਐ ਜੰਗ ਵਿਚਾਰਾਂ ਦੀ ਵੀ ਹੁੰਦੀ ਐ ਬੋਲੋ ਵਿਚਾਰਾਂ ਦੀ جنگ ਵੀ ਹੁੰਦੀ ਏ ਤੇ ਵਿਚਾਰਾਂ ਦੀ جنگ ਦੇ ਅੰਦਰ 7 ਤੇ 9 ਸਾਲ ਦੇ ਸਹਬਜ਼ਾਦਾ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜਿੱਤਦੇ ਨੇ ਤੇ ਐਡੀ ਵੱਡੀ ਉਮਰ ਦਾ ਵਜ਼ੀਰ ਖਾਂ ਬੁਰੀ ਤਰ੍ਹਾਂ ਹਾਰ ਜਾਂਦਾ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਉੱਥੇ ਤੇ ਸਹਬਜ਼ਾਦਿਆਂ ਨੂੰ ਭੁੱਖੇ ਵੀ ਰੱਖਿਆਗਾ ਕੋਈ ਡਿਪਰੈਸ਼ਨ ਦਾ ਸਵਾਲ ਨਹੀਂ ਉੱਥੇ ਤੇ ਸਹਬਜ਼ਾਦਿਆਂ ਤੇ ਤਸ਼ੱਦਦ ਵੀ ਕੀਤਾ ਗਿਆ ਕੱਲਾ ਇਹ ਨਹੀਂ ਵੀ ਸਰੀਰਕ ਕੀਤਾ ਗਿਆ ਮੈਂਟਲੀ ਤੇ ਫਿਜ਼ੀਕਲੀ ਦੋਮਾ ਤਰੀਕੇ ਨਾਲ ਟੌਰਚਰ ਕੀਤਾ ਗਿਆ ਤੇ ਤੁਹਾਨੂੰ ਅੰਦਾਜ਼ਾ ਹੋਵੇਗਾ ਹਿਸਟਰੀ ਪੜ੍ਹ ਕੇ ਵੀ ਕਿੰਨੀ ਕੁ ਚੜਦੀ ਕਲਾ ਆਖ ਹੁੰਦੀ ਹੈ ਚੜਦੀ ਕਲਾ ਇਹ ਥੋੜਾ ਵੀ ਚੜਦੀ ਕਲਾ ਅਨੰਦਪੁਰ ਸਾਹਿਬ ਦੇ ਵਿੱਚ ਚੜਦੀ ਕਲਾ ਤੇ ਜਦੋਂ ਆਗੇ ਸਰਹੰਦ ਦੀ ਧਰਤੀ ਤੇ ਤੇ ਟੈਂਦੀ ਕਲਾ ਉਹ ਕਹਿੰਦੇ ਨਾ ਜਿਹੜੀ ਸਿੱਖਿਆ ਅਨੰਦਪੁਰ ਸਾਹਿਬ ਤੋਂ ਲਈ ਹੈ ਨਾ ਉੱਥੋਂ ਤੇ ਸਿੱਖਿਆ ਸੀ ਇੱਥੇ ਅੱਜ ਇਮਤਿਹਾਨ ਹੋ ਰਹੇ ਨੇ ਇੱਥੇ ਚੜਦੀ ਕਲਾ ਦੇ ਵਿੱਚ ਰਹਿਣਾ ਆਕੋ ਸਤਨਾਮ ਸ੍ਰੀ ਸਿਕھوں ਮੈਂ ਤਾਂ ਬੇਨਤੀ ਕਰਦਾ ਵੀ ਜ਼ਿੰਦਗੀ ਦੇ ਵਿੱਚ ਰਾਹ ਇੱਕ ਥੋੜਾ ਆਪ ਪਟਿਆਲੇ ਦੀ ਇੱਕ ਘਟਨਾ ਬੱਚੇ ਦਾ ਕੋਈ ਪੇਪਰ ਸੀ ਇੱਕ ਨੰਬਰ ਘੱਟ ਆ ਗਿਆ ਤੇ ਬੱਚਾ ਫਾਹਾ ਲੈ ਕੇ ਚੜ੍ਹਾਈ ਕਰ ਗਿਆ ਤੇ ਮੇਰਾ ਇੱਥੇ ਕਈ ਵਾਰੀ ਸੋਚਦਾ ਦੇ ਵਿੱਚ ਕਸੂਰ ਮਾਪਿਆਂ ਦਾ ਵੀ ਹੈ ਇਤਰਾਜ਼ ਨਾ ਕਰਿਆ ਜੇ ਮਾਪਿਆਂ ਦਾ ਵੀ ਹੈ ਤੁਸੀਂ ਨੇ ਇੱਕ ਲਾਈਨ ਖਿੱਚ ਕੇ ਰੱਖ ਦਿੱਤੀ ਬੇਟੇ ਆਹ ਕੰਮ ਤੂੰ ਕਰਨਾ ਹੈ ਜਿਵੇਂ ਮਰਜੀ ਮੈਂ ਕਹਿੰਦਾ ਕੋਈ ਬੱਚੇ ਤੇ ਦਬਾਅ ਨਾ ਪਾਓ ਜੇ ਇੱਕ ਕੰਮ ਦੇ ਵਿੱਚੋਂ ਬੱਚਾ ਰਹਿ ਗਿਆ ਨਾ ਤੇ ਕੌਂਸਲਾ ਦੇ ਕੇ ਕਹੋ ਬੇਟਾ ਜ਼ਿੰਦਗੀ ਦੇ ਵਿੱਚ ਕੋਈ ਇੱਕ ਰਾਹ ਥੋੜਾ ਸੀ ਜ਼ਿੰਦਗੀ ਦੇ ਵਿੱਚ بڑے ਦਰਵਾਜ਼ੇ ਖੁੱਲਣਗੇ ਪੁੱਤਰ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਵਿੱਚ ਰਹਿਣਾ ਆਕੋ ਸਤਨਾਮ ਸ੍ਰੀ ਪਤਾ ਨਹੀਂ ਕਿਉਂ ਅਸੀਂ ਬੱਚਿਆਂ ਨੂੰ ਉਹ ਦਿਸ਼ਾ ਦਿੱਤੀ ਨਹੀਂ ਬੱਚਿਆਂ ਨੂੰ ਉਹ ਸਹੀ ਗਿਆਨ ਦਿੱਤਾ ਨਹੀਂ ਬੱਚਿਆਂ ਦੇ ਅੰਦਰ ਉਹ ਚੀਜ਼ਾਂ ਪਾਈਆਂ ਨਹੀਂ ਅਸੀਂ ਇੱਕੋ ਚੀਜ਼ ਪੜਾਉਂਦੇ ਵੀ ਗਿਆਨ ਐਜੂਕੇਸ਼ਨ ਕਿਤਾਬਾਂ ਦੇ ਬੋਝ ਦੇ ਖੇਠਾਂ ਦੱਬ ਜਾਣਾ ਕੋਈ ਇਹਨੂੰ ਐਜੂਕੇਸ਼ਨ ਨਹੀਂ ਕਿਹਾ ਜਾਂਦਾ ਕਿਤਾਬਾਂ ਦੇ ਬੋਝ ਦੇ ਹੇਠਾਂ ਦੱਬ ਜਾਣਾ ਦਿਨ ਰਾਤ ਪੜੀ ਜਾਓ ਪਾਗਲਾਂ ਦੀ ਤਰ੍ਹਾਂ ਇਹ ਐਜੂਕੇਸ਼ਨ ਹੈ ਇਹਨੂੰ ਐਜੂਕੇਸ਼ਨ ਨਹੀਂ ਕਿਹਾ ਜਾਂਦਾ ਐਜੂਕੇਸ਼ਨ ਹੁੰਦਾ ਜਦੋਂ ਤੁਹਾਨੂੰ ਇੱਕ ਵੱਖਰਾ ਨਜ਼ਰੀਆ ਮਿਲ ਜਾਂਦਾ ਹੈ ਹਰ ਗੱਲ ਨੂੰ ਸੋਚਣ ਦਾ ਵੱਖਰਾ ਨਜ਼ਰੀਆ ਹਰ ਗੱਲ ਨੂੰ ਵਿਚਾਰਨ ਦਾ ਵੱਖਰਾ ਨਜ਼ਰੀਆ ਚਿਰਤਰ ਨੂੰ ਜਦੋਂ ਤੁਸੀਂ ਘੜਨ ਲੱਗ ਪੈਂਦੇ ਹੋ ਤੇ ਮੈਂ ਉਹਨੂੰ ਕਿਹਾ ਨਾ ਹੁੰਦਾ ਆ ਐਜੂਕੇਸ਼ਨ ਹੈ ਆ ਕੋ ਸਤਨਾਮ ਸ੍ਰੀ ਵਾਹਿਗੁਰੂ ਚਲੋ ਮੈਂ ਤੁਹਾਨੂੰ ਦੋ ਉਦਾਹਰਨ ਦੇਣਾ ਮੈਂ ਆਮ ਕਰਕੇ ਕੋਈ ਛੋਟੀ ਤੋਂ ਛੋਟੀ ਨੌਕਰੀ ਵੀ ਹੋਵੇ ਕੀ ਕਹਿੰਦੇ ਨੇ ਕਹਿੰਦੇ ਜੀ میٹرਿਕ ਪਾਸ ਹੋਣਾ ਚਾਹੀਦਾ ਕੀ ਕਹਿੰਦੇ ਐ ਦਸਵੀਂ ਪਾਸ ਹੋਣਾ ਚਾਹੀਦਾ ਤੇ ਕੌਮ ਦੇ ਵਿੱਚ ਦੋ ਨਾ ਕਾਫੀ ਉੱਚ ਕੋਟੀ ਦੇ ਵਿਦਵਾਨ ਹੋਇਆ ਬਾਕੀ ਖਰ ਬੰਦੇ ਦਾ ਵੇਖਣ ਦਾ ਨਜ਼ਰੀਆ ਕਿਸ ਨਜ਼ਰੀਏ ਦੇ ਵਿੱਚ ਵੇਖਦੇ ਨੇ ਆਪਾਂ ਭਗਤ ਪੂਰਨ ਸਿੰਘ ਦਾ ਨਾਮ ਸਾਰੇ ਜਾਣਦੇ ਆ ਤੇ ਭਗਤ ਪੂਰਨ ਸਿੰਘ ਨੇ ਜਿਹੜਾ 35-40 ਸਾਲ ਪਹਿਲਾਂ ਲਿਖਿਆ ਸੀ ਨਾ ਵੀ ਤੁਹਾਡਾ ਪੰਜਾਬ ਕਹਿੰਦੇ ਜਿੰਨੂੰ ਤੁਸੀਂ ਕਹਿੰਦੇ ਹੋ ਵੀ ਇਹ ਗੁਰੂਆਂ ਦੀ ਧਰਤੀ ਹੈ ਪੰਜ ਆਬ ਹੈ ਪੰਜ ਦਰਿਆਵਾਂ ਦੀ ਧਰਤੀ ਹੈ ਕਹਿੰਨ ਲੱਗੇ ਆਉਣ ਵਾਲੇ ਦਿਨਾਂ ਦੇ ਵਿੱਚ ਮਾਰੂਥਲ ਬਣ ਜਾਵੇਗਾ ਤੇ ਉਹ ਪੰਜਾਬ ਦੇ ਖਲਾਤ ਮੈਂ ਵੇਖ ਰਿਹਾ ਮਾਂ ਤੇ ਚਿੱਤੇ ਰੱਖਿਆ ਜੇ ਉਹ ਭਗਤ ਪੂਰਨ ਸਿੰਘ ਤੇ ਉਹ ਗਿਆਨੀ ਸੰਤ ਸਿੰਘ ਮਸਕੀਨ ਜਿਨ੍ਹਾਂ ਨੂੰ ਦੁਨੀਆਂ ਨੇ ਸੁਣਿਆ ਤੇ ਦੁਨੀਆਂ ਨੇ ਪੜਿਆ ਕੀਤੇ ਰੱਖਿਆ ਜੇ ਦੋਵਾਂ ਦੇ ਵਿੱਚੋਂ ਕੋਈ ਵੀ میٹرਿਕ ਪਾਸ ਨਹੀਂ ਸੀ ਆ ਕੋ ਸਤਨਾਮ ਸ੍ਰੀ ਸਿਰਫ ਇੱਕ ਉਦਾਹਰਨ ਦੇ ਰਿਹਾ ਮੈਂ ਨਾ ਭਗਤ ਪੂਰਨ ਸਿੰਘ ਬਾਨੀ ਪਿੰਗਲਵਾੜਾ ਤੇ ਨਾ ਕਿਹਾ ਨਹੀਂ ਸੰਤ ਸਿੰਘ ਮਸਕੀਨ ਉੱਚ ਕੋਟੀ ਦੇ ਵਿਦਮਾਨ ਮੈਂ ਸਿਰਫ ਇੱਕ ਬੇਨਤੀ ਕਰਦਾ ਵੀ ਜੇ ਤੁਸੀਂ ਸੋਚੋ ਵੀ ਕਸਬੱਟੀ ਹੈ ਦੀ ਬਹੁਤ ਜ਼ਿਆਦਾ ਪੜ ਜਾਣਾ ਇਹ ਵਿਦਵਤਾ ਦੀ ਕਸਵੱਟੀ ਹੈ ਇਹ ਕਾਮਯਾਬੀ ਦੀ ਕਸਵੱਟੀ ਹੈ ਤੇ ਮੈਨੂੰ ਮਾਫ ਕਰਦੇ ਜੇ ਪੜ੍ਹਾਈ ਬੜੀ ਜ਼ਰੂਰੀ ਹੈ ਪਰ ਕਾਮਯਾਬੀ ਦੀ ਕਸਵੱਟੀ ਨਹੀਂ ਹੋ ਸਕਦੀ ਕਦੇ ਵੀ ਮੈਂ ਕੱਲ ਵੀ ਤੁਹਾਨੂੰ ਇੱਕ ਉਦਾਹਰਨ ਦਿੱਤੀ ਸੀ ਤੇ ਅੱਜ ਵੀ ਦੇ ਰਿਹਾ ਹਾਂ ਸੋ ਕਹਿਣ ਤੋਂ ਭਾਵ ਅੱਜ ਦੇ ਬੱਚੇ ਕਿਉਂ ਨਹੀਂ ਚੜਦੀ ਕਲਾ ਦੇ ਵਿੱਚ ਦੋ ਦੋ ਨੰਬਰ ਘਟ ਆ ਗਏ ਮਾਪਿਆਂ ਨੇ ਕੁਝ ਕਹਿ ਦਿੱਤਾ ਟੀਚਰ ਨੇ ਕੁਝ ਕਹਿ ਦਿੱਤਾ ਅਖੇ ਜੀ ਬੱਚਾ ਡਿਪਰੈਸ਼ਨ ਦੇ ਵਿੱਚ چلا ਗਿਆ ਨਾ 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 ਜਿਹੜਾ ਚੜਦੀ ਕਲਾ ਦੇ ਵਿੱਚ ਹੁੰਦਾ ਨਾ ਉਹ ਕਹਿੰਦਾ ਡਿਪਰੈਸ਼ਨ ਦੇ ਵਿੱਚ ਮੈਂ ਤੇ ਜਦੋਂ ਉਹਦੀ ਲੰਘ ਜਾਵਾਂ ਜੇ ਉਧਰ ਵੀ ਕੋਈ ਡਿਪਰੈਸ਼ਨ ਦੇ ਵਿੱਚ ਹੋਵੇ ਤੇ ਉਹ ਵੀ ਬਾਹਰ ਆ ਜਾਏਗਾ ਆਕੋ ਸਤਨਾਮ ਸ੍ਰੀ ਵਾਹਿਗੁਰੂ ਇਹ ਕੁਝ ਸਿੱਖ ਕੜਿਆ ਜਿਹਨੇ ਹਰ ਅਵਸਥਾ ਦੇ ਅੰਦਰ ਚੜ ਦੀ ਕਲਾ ਦੇ ਵਿੱਚ ਰਹਿਣਾ ਸਿੱਖਾ ਤੇਰੇ ਜੀਵਨ ਤੋਂ ਪਤਾ ਲੱਗਦਾ ਵੀ ਜੇ ਇਹ ਐਡਾ ਚੜ ਦੀ ਕਲਾ ਵਾਲਾ ਤੇ ਇਹਨਾਂ ਦਾ ਗੁਰੂ ਕਿਹਦਾ ਹੋਵੇਗਾ ਆਕੋ ਸਤਨਾਮ ਸ੍ਰੀ ਵਾਹਿਗੁਰੂ